वाहिगुरू जी का खालसा वाहिगुरू जी की फतेह। की हाल है तुहाडा सारिआं दा? असीं साडी कायां ओके, तुसीं भी सारे ठीक होवोगे। तो चलो तुहानूं लै के चलदे हाँ दुबई दी रिवरलैंड, जिहड़ी कि एक बहुत सोहनी जगह हैगी आ। तुसीं भी इंजॉय करो। ये लाइट थोड़ा आ रही है, दिखदा नहीं पिया। इत्थे उपर लिखा है रिवरलैंड, अगे दिलराज उमर तेरे पापा जा रहे आ। तो चलो तुहानूं भी दिखाउंदे आ सारा रिवरलैंड, जिहड़ा कि बहुत सोहना बहुत खूबसूरत जगह है। असीं बिल्कुल ਹਨੇਰੇ ਵਿੱਚ ਆਏ ਸੀ। ਜਿਹੜਾ ਇੱਥੋਂ ਦੀ ਬਿਊਟੀ ਜਿਹੜੀ ਆ, ਦੁਬਈ ਦੀ ਕੋਈ ਵੀ ਚੀਜ਼ ਦੇਖਣ ਵਾਲੀ ਆ ਉਹ ਰਾਤ ਨੂੰ ਹੀ ਵੇਖਣ ਵਾਲੀ। ਦਿਨ ਦੇ ਟਾਈਮ ਕੋਈ ਇਹੋ ਜਿਹਾ ਨਹੀਂ ਹੈਗਾ ਕੁਛ ਵੀ ਵੇਖਣ ਦਾ, ਮਜ਼ਾ ਹੀ ਨਹੀਂ ਆਉਂਦਾ। ਜੋ ਰਾਤ ਨੂੰ ਵੇਖਣ ਦਾ ਲਾਈਟਿੰਗ ਬਹੁਤ ਜ਼ਿਆਦਾ ਹੁੰਦੀਆਂ, ਕੋਈ ਮਹਿਸੂਸ ਨਹੀਂ ਹੁੰਦਾ ਦਿਨ ਆ ਕੇ ਰਾਤ ਆ। ਅਤੇ ਇਹ ਜਿਹੜਾ ਰਿਵਰਲੈਂਡ ਹੈਗਾ, ਇਹ ਆਬੂਧਾਬੀ ਰੋਡ 'ਤੇ ਆ, ਇਹ ਆਬੂਧਾਬੀ ਰੋਡ 'ਤੇ ਹੈਗਾ। ਦੁਬਈ ਪਾਰਕ ਐਂਡ ਰਿਜ਼ੋਰਟ ਜਿਹੜਾ ਤੁਹਾਨੂੰ ਪਿਛਲੀ ਵਲੌਗ ਦੇ ਵਿੱਚ ਦਿਖਾਇਆ ਸੀਗਾ ਉਹੀ ਆ ਇਹ। ਉਹਦੇ ਵਿੱਚ ਰਿਵਰਲੈਂਡ ਆ, ਤਿੰਨ ਤਰ੍ਹਾਂ ਦੇ ਉੱਥੇ ਹੈਗੇ ਆ। ਇੱਕ ਰਿਵਰਲੈਂਡ ਆ, ਅਤੇ ਇੱਕ ਲੈਂਗ ਗਾਰਡ ਆ, ਇੱਕ ਹੋਰ ਆ ਬਾਲੀਵੁੱਡ ਹਾਲੀਵੁੱਡ ਪਾਰਕ ਕੁਛ ਇਸ ਤਰ੍ਹਾਂ ਵਾ। ਅਤੇ ਉਹ ਵੀ ਮੈਂ ਵੀਡੀਓ ਦੇ ਵਿੱਚ ਮੈਨਸ਼ਨ ਕੀਤਾ ਹੋਇਆ ਵਾ ਕੀ ਆ। ਅਤੇ ਇਹ ਆਪਾਂ ਰਿਵਰਲੈਂਡ ਦੇ ਅੰਦਰ ਐਂਟਰ ਹੋ ਚੁੱਕੇ ਹਾਂ। ਬਹੁਤ ਸੋਹਣਾ ਲਾਈਟਿੰਗ ਨਾਲ, ਮੋਟੇ ਮੋਟੇ ਅੱਖਾਂ 'ਚ ਇੱਕ ਹੈਸ਼ਟੈਗ ਰਿਵਰਲੈਂਡ। ਅਤੇ ਐਂਟਰ ਹੁੰਦਿਆਂ ਇੱਥੇ ਤੁਸੀਂ ਦੇਖ ਸਕਦੇ, ਮੈਨੂੰ ਸਭ ਤੋਂ ਪਹਿਲਾਂ ਹੈਂਡਮੇਡ ਸਟੋਰ ਮਿਲਿਆ। ਇਹ ਸ਼ੁਰੂ ਵਿੱਚ ਵੀ ਆ ਅਤੇ ਲਾਸਟ ਵਿੱਚ ਵੀ ਆ, ਕਿਉਂਕਿ ਇੱਦਾਂ ਮੈਂ ਸ਼ੁਰੂ 'ਚ ਦੇਖਿਆ ਸੀ, ਇੱਦਾਂ ਮੈਂ ਲਾਸਟ ਵਿੱਚ ਦੇਖਿਆ ਸੀ। ਅਤੇ ਇਹ ਜਿਹੜੇ ਆ ਇਜਿਪਟ ਦੇ ਬਣੇ ਹੋਏ ਹੈਂਡਮੇਡ ਕੋਸਟਰ ਹੈਗੇ ਆ, ਟੇਬਲ ਮੈਟ ਕਹਿ ਸਕਦੇ ਤੁਸੀਂ, ਡਾਇਨਿੰਗ ਟੇਬਲ ਮੈਟ ਕਹਿ ਸਕਦੇ ਆ, ਕੁਛ ਵੀ ਕਹਿ ਸਕਦੇ ਇਹਨੂੰ। ਇਹ ਵੋਲ 'ਤੇ ਟੰਗਣ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ, ਕਿਤੇ ਵੀ ਕਿਸੇ ਵੀ ਪਰਪਸ ਨਾਲ ਤੁਸੀਂ ਯੂਜ਼ ਕਰ ਸਕਦੇ ਹੋ। ਬਹੁਤ ਸੋਹਣੇ ਸੀਗੇ। ਅਤੇ ਇਹਨਾਂ ਵਿੱਚੋਂ ਮੈਂ ਕੁਛ ਨਹੀਂ ਖਰੀਦਿਆ, ਕਿਉਂਕਿ ਇਹਨਾਂ ਜਗ੍ਹਾ 'ਤੇ ਜਾ ਕੇ ਥੋੜ੍ਹਾ ਕੁ ਐਕਸਪੈਂਸਿਵ ਹੁੰਦਾ ਲੋਕਲ ਪਲੇਸ ਥੋੜ੍ਹਾ। ਇਹ ਆ ਰਿਵਰ, ਇਹਨਾਂ ਰਿਵਰ ਬਣਾਈ ਹੋਈ ਆ, ਇਹ ਸਾਰਾ ਵਿਊ ਆ ਰਿਵਰ ਦਾ, ਨੀਚੇ ਪਾਣੀ ਆ। ਅਤੇ ਇੱਧਰ ਛੋਟੇ ਛੋਟੇ ਸਟਾਲ ਲੱਗੇ ਹੋਏ ਆ, ਗੇਮ ਆਈ ਥਿੰਕ ਗੇਮਸ ਦੇ ਆ ਸਾਰੇ, ਜਿਹੜਾ ਕਿ ਬਹੁਤ ਸੋਹਣਾ ਬਣਿਆ। ਸਾਡਾ ਕੋਈ ਪਲੈਨ ਨਹੀਂ ਸੀਗਾ ਵੈਸੇ, ਜੋ ਕਈ ਚੀਜ਼ਾਂ ਰਾਤ ਨੂੰ ਵੇਖਣ ਦਾ ਵੱਖਰਾ ਹੀ ਇੱਥੇ ਹੈਗਾ ਵਾ, ਹੈ ਨਾ, ਕਿਉਂਕਿ ਪਤਾ ਨਹੀਂ ਲੱਗਦਾ ਵੀ। ਤੁਸੀਂ ਵੇਖ ਸਕਦੇ ਵੀਡੀਓ ਵੀ ਕਲੀਅਰ ਆ ਰਹੀ ਹੈ, ਸਾਰਾ ਕੁਛ ਕਲੀਅਰ ਦਿਖਦਾ ਪਿਆ ਵਾ। ਅਤੇ ਵੀ ਜਿੱਦਾਂ ਲਾਈਟਿੰਗ ਵਗੈਰਾ ਬਹੁਤ ਹਰੇਕ ਜਗ੍ਹਾ 'ਤੇ ਬਹੁਤ ਜ਼ਿਆਦੀਆਂ ਲਾਈਟਿੰਗ ਵਗੈਰਾ ਹੈਗੀਆਂ ਵਾ। ਇਹ ਉਹਨਾਂ ਪਤਾ ਨਹੀਂ ਆ ਕੀ ਚੀਜ਼, ਇਹ ਉੱਦਾਂ ਹੀ ਦੁਕਾਨਾਂ ਵਾ ਗੁਪ। ਹਾਂ ਹਾਂ, ਛੋਟੇ ਛੋਟੇ ਸਟਾਲ ਲਾਏ ਹੋਏ ਆ ਉਹਨਾਂ ਨੇ, ਇਹਨਾਂ 'ਚ ਆਪਣਾ ਕੋਈ ਨਹੀਂ ਲੈਣ ਵਾਲਾ। ਇੱਧਰ ਜਿਊਲਰੀ ਦੀ ਲਾਈ ਹੋਈ ਇਹਨਾਂ ਨੇ, ਵਾਓ ਰੌਕ ਸਾਲਟ। ਇਹ ਆ ਜੀ ਹਿਮਾਲਿਆ ਰੌਕ ਸਾਲਟ, ਜਿਹੜਾ ਕਿ ਆਪਣੇ ਐਮਾਜ਼ੋਨ ਤੋਂ ਅਵੇਲੇਬਲ ਆ। ਅਤੇ ਇੱਥੇ ਉਹਨਾਂ ਨੇ ਕਾਫੀ ਸ਼ੇਪਸ ਦੇ ਵਿੱਚ ਰੱਖਿਆ ਹੈ, ਬਹੁਤ ਸਾਰੇ ਡਿਜ਼ਾਈਨ ਦੇ ਵਿੱਚ ਹੈਗਾ। ਬਹੁਤ ਸੋਹਣਾ ਲੱਗਦਾ ਸੀਗਾ ਜਗਦਾ ਰਾਤ ਨੂੰ। ਤਿੰਨੀ ਤਿੰਨੀ ਇਹ ਇਹਨਾਂ ਦੇ ਆ, ਇਹ ਅਸੀਂ ਇੱਕ ਸਟਾਲ 'ਤੇ ਆਣ ਕੇ ਖੜ ਗਏ ਜਿੱਥੇ ਕਿ ਟਿੰਨੀ ਟਿੰਨੀ ਚੀਜ਼ਾਂ ਬਹੁਤ ਸੋਹਣੀਆਂ ਸੀਗੀਆਂ। ਤੁਸੀਂ ਦੇਖ ਸਕਦੇ ਫ੍ਰਿਜ ਮੈਗਨੇਟ ਆ, ਬਹੁਤ ਸੋਹਣੇ ਸੋਹਣੇ ਗੀ, ਬਿਲਕੁਲ ਟਿੰਨੀ ਟਿੰਨੀ ਜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਮੈਨੂੰ ਪਰਸਨਲੀ ਬਹੁਤ ਪਸੰਦ ਆ, ਟਿੰਨੀ ਟਿੰਨੀ ਤਰ੍ਹਾਂ ਦੇ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਇੱਥੇ ਊਠ ਸੀਗੇ, ਅਤੇ ਇਹ ਇੱਕ ਅਰਬੀ ਇੱਕ ਖੰਜਰ ਕਹਿੰਦੇ ਆ ਇਹਨੂੰ, ਇਹ ਅਰਬੀ ਪਾਉਂਦੇ ਆ, ਅਰਬੀ ਜਿਹੜੇ ਲੋਕ ਆ ਇਹ ਪਾਉਂਦੇ ਆ ਇਹਨੂੰ, ਜਿਸ ਤਰ੍ਹਾਂ ਆਪਣਾ ਸ੍ਰੀ ਸਾਹਿਬ ਆ ਉਹਦੇ ਵਾਂਗੂ ਸੇਮ ਆ। ਇਹ ਛੋਟਾ ਏ, ਉਹ ਥੋੜ੍ਹਾ ਵੱਡਾ ਏ, ਸੇਮ ਹੀ ਆ। ਇਹਦੇ ਵਿੱਚ ਵੀ ਕਿਰਪਾਨ ਆ, ਵਾਰ ਵਾਰ ਜਿੱਦਾਂ ਮਿਆਨ ਕਿਰਪਾਨ ਦੋਨੋਂ ਚੀਜ਼ਾਂ ਹੈ। ਸਿਰਫ ਇਹਦਾ ਥੋੜ੍ਹਾ ਡਿਜ਼ਾਇਨ 'ਚ ਫਰਕ ਆ, ਬਾਕੀ ਹੋਰ ਕੋਈ ਫਰਕ ਨਹੀਂ। ਥੋੜ੍ਹਾ ਸ਼ੇਪ ਦੇ ਵਿੱਚ ਆਪਣਾ ਥੋੜ੍ਹਾ ਘੱਟ ਮੁੜੀ ਹੁੰਦੀ, ਇਹਨਾਂ ਨੇ ਇੱਕ ਦਮ ਮੋੜ ਕੇ ਬਣਾਇਆ ਹੋਇਆ ਨੀਚੇ, ਉਹ ਇੰਨਾ ਕੀ ਡਿਫਰੈਂਟ ਹੈਗਾ ਵਾ। ਤੁਹਾਡਾ ਪਾਉਣ ਦਾ ਸਟਾਈਲ ਵੀ ਵੱਖਰਾ ਵਾ। ਇਹ ਵੀ ਇਹਨਾਂ ਦਾ ਇੱਕ ਓਲਡ ਕਲਚਰ ਜਿਹੜਾ ਵਾ ਉਹ ਹੈਗਾ ਵਾ, ਇਹ ਵੀ ਵੇਖਣ ਨੂੰ ਮਿਲਿਆ ਉੱਥੇ ਜਾ ਕੇ ਕਾਫੀ ਕੁਛ। ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਨੇ ਅਰਬਿਕ, ਕਿਤੇ ਜਾਵਾਂਗੇ ਤੁਹਾਨੂੰ ਜਿੱਥੇ ਉਹਨਾਂ ਦਾ ਸਪੈਸ਼ਲ ਵੀ ਮਿਲਦਾ ਹੋਊਗਾ ਸਮਾਨ ਇਹਨਾਂ ਦਾ। ਬਸ ਇਹੋ ਜਿਹੜੀ ਚੀਜ਼ ਵੇਖੀ ਉੱਥੇ ਬਸ ਫੋਟੋ 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 ਇਸ ਅਤੇ ਉਹਨਾਂ ਨੇ ਉਹ ਕ੍ਰਿਸਮਿਸ ਦਾ ਕਰਕੇ ਸਾਰਾ ਕੁਛ ਇੱਥੇ ਬਣਾਇਆ ਹੋਇਆ ਵਾ, ਅਤੇ ਇੱਥੇ ਫੇਰਨ ਬਣੇ ਹੋਏ ਆ। ਇਹ ਜਿਹੜੀ ਪਾਰਕ ਆ ਇਹ 8 ਵਜੇ ਬੰਦ ਹੋ ਜਾਂਦੀ, 8 ਵਜੇ ਤੋਂ ਬਾਅਦ ਜਿਹੜਾ ਉੱਥੋਂ ਅੰਦਰੋਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦੇ ਆ, ਅਤੇ ਅੰਦਰ ਐਂਟਰੀ ਬੰਦ ਹੋ ਜਾਂਦੀ ਆ ਬਿਲਕੁਲ ਜ਼ਿਆਦਾ। ਅਤੇ ਆਪਾਂ ਲੇਟ ਹੋ ਗਏ, ਇੱਧਰ ਆਪਾਂ ਨਹੀਂ ਜਾ ਪਾਏ। Thank you.
ਵਾਲਾ ਕੈਮਰਾ ਨਾ ਸਾਡੀ ਮੂਵੀ ਬਾਂਡੀ ਵਾ ਕਿਡਾ ਵੱਡਾ ਕੈਮਰਾ ਏ ਅਬੇ ਆ ਜੋ ਆਪਾਂ ਘੁੰਮ ਰਹੇ ਆ ਰਿਵਰਲੈਂਡ ਤੇ ਆਪਾਂ ਰਿਵਰ ਤੇ ਜਿਹੜਾ ਵਾ ਕੀ ਹੈ ਨਾ ਪੁਲ ਬ੍ਰਿਜ ਤੇ ਚੜੀ ਪੰਜਾਬੀ ਚ ਪੁਲ ਪੁਲ ਇੰਗਲਿਸ਼ ਬ੍ਰਿਜ ਬ੍ਰਿਜ ਹੋਰ ਪਤਾ ਨਹੀਂ ਕੀ ਆਂਦੇ ਹੋਣਗੇ ਤੇ ਆਵੇ ਪੌੜੀਆ ਥਾਣੀ ਵੀ ਆ ਗਈ ਸਾਡੇ ਨੂੰ ਇਹਨਾਂ ਨਹੀਂ ਮੈਨੂੰ ਪਤਾ ਇਹਨੂੰ ਕੀ ਆਂਦੇ ਆ ਪੁਲ ਤੇ ਚੜ ਗਏ ਆ ਤੇ ਇੱਧਰ ਆ ਗਈ ਬਾਲੀਵੁੱਡ ਪਾਰਕ ਉੱਧਰ ਆ ਗਈ ਹਾਲੀਵੁੱਡ ਪਾਰਕ ਇਹਨਾਂ ਮੈਨੂੰ ਨਹੀਂ ਪਤਾ ਇੱਕ ਬਾਲੀਵੁੱਡ ਆ ਇੱਕ ਤਾਂ ਕੀ ਨਾਮ ਹਾਲੀਵੁੱਡ ਮੈਜੀਸ਼ੀਅਨ ਪਾਰਕ ਪਤਾ ਨਹੀਂ ਕੋਈ ਇਹ ਨੀਚੇ ਦੀ ਰਿਵਰ ਜਾ ਰਹੀ ਆ ਸਾਰਾ ਆਉਣਾ ਰਿਵਰ ਲੈਂਡ ਜਿਹੜਾ ਬਣਾਇਆ ਰਿਵਰ ਬਣਾਈ ਹੋਈ ਆ ਰਿਵਰ ਦੇ ਉੱਪਰ ਦੀ ਪੁਲ ਹੈਗਾ ਅਤੇ ਇੱਧਰੋਂ ਆਪਾਂ ਜਿਹੜਾ ਤੁਹਾਨੂੰ ਦਿਖਾਇਆ ਸ਼ੋਪਸ ਵਗੈਰਾ ਉਹਨਾਂ ਦੀਆਂ ਉਹ ਵਾਲੀਆਂ ਵਾ ਅਤੇ ਇਹ ਨੀਚੇ ਰਿਵਰ ਆ ਇਹ ਨੀਚੇ ਦੀ ਰਿਵਰ ਆ ਰਿਵਰ ਦੀ ਫਰਸ਼ ਵੀ ਨੀਚੇ ਦਿਖਦੀ ਪਈ ਆ ਵੀ ਨੀਚੇ ਫਰਸ਼ ਪਈ ਆ ਅਤੇ ਇਹ ਸਾਰਾ ਇਹਦਾ ਵਿਊ ਆ होटल वगैरह रेस्टोरेंट वगैरह के होटल रहन नु है कोई रहन वास्ते होटल वगैरह रेस्टोरेंट वगैरह रिजोर्ट वगैरह बनाए हुए उन्होंने एक चीज वेखो तुसी ਕਿੰਨਾ ਚਾਨਣ ਕਿੰਨੀ ਰੋਸ਼ਨੀ ਆ ਇਹ ਜਿਹੜੀ ਲਾਈਟ ਆ ਅੱਖਾਂ ਦੇ ਵਿੱਚ ਵੀ ਨਹੀਂ ਵੱਜਦੀ ਸਿਰਫ ਇਹ ਰੋਸ਼ਨੀ ਕਰਦੀ ਆ ਅੱਖਾਂ 'ਚ ਬਿਲਕੁਲ ਨਹੀਂ ਵੱਜਦੀ ਪਈ ਵੀ ਜਿੱਦਾਂ ਅੱਖਾਂ ਨੂੰ ਇਰੀਟੇਟ ਨਹੀਂ ਕਰਦੀ ਇੱਥੋਂ ਦੀ ਲਾਈਟਿੰਗ ਇਹ ਇਹਦਾ ਫਰਕ ਜਿਹੜਾ ਹੈਗਾ ਵਾ ਅਤੇ ਆਹ ਦੇਖੋ ਆਪਣੇ ਰੇਲਵੇ ਸਟੇਸ਼ਨ ਵਰਗਾ ਇਹ ਟ੍ਰੇਨ ਸਟੇਸ਼ਨ ਹੈਗਾ ਇਹਦੇ ਜਿਹੜੇ ਪੁਲ ਦੀ ਦੂਸਰੀ ਸਾਈਡ ਆ ਉੱਥੇ ਟ੍ਰੇਨ ਚੱਲਦੀ ਆ ਅਤੇ ਲੋਕ ਇਹਦੇ ਵਿੱਚ ਵੀ ਚੱਲਦੀ ਆ ਜਿੱਦਾਂ ਘੁੰਮਣ ਫਿਰਨ ਨੂੰ ਅਤੇ ਇੱਧਰ ਬੱਚੇ ਕਰ ਰਹੇ ਆ ਮਸਤੀ ਇੱਥੇ ਉਹਨਾਂ ਨੇ ਗਾਰਡਨ ਦੇ ਵਿੱਚ ਬਹਿਣ ਵਾਸਤੇ ਰੱਖੇ ਹੋਏ ਆ ਅਤੇ ਇਹ ਉੱਪਰ ਜਾ ਕੇ ਭੁੜਕ ਰਹੇ ਆ ਆਪਣੀ ਮੌਜ ਮਸਤੀ ਕਰ ਰਹੇ ਆ ਕਿਉਂਕਿ ਅਸੀਂ ਆਏ ਮਸਤੀ ਕਰਨ ਵਾਸਤੇ ਅਤੇ ਇਹ ਦੇਖੋ ਅਡੇਨੀਅਮ ਕਿੰਨੇ ਸੋਹਣੇ ਵੱਡੇ ਵੱਡੇ ਅਡੇਨੀਅਮ ਹੈਗੇ ਆ ਕਾਫੀ ਹਾਈਟ ਇਹਨਾਂ ਦੀ ਕੋਈ 4 ਫੀਟ ਤੱਕ ਲਗਭਗ ਹੋਊਗੀ ਇਹ ਵਾਲੇ ਛੋਟੇ ਆ ਨੈਕਸਟ ਵਾਲੇ ਤੁਸੀਂ ਦੇਖੋ ਅਤੇ ਇੱਥੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਵੀ ਹੈਗੇ ਆ ਸੇਮ ਅਡੇਨੀਅਮ ਇਸ ਤਰ੍ਹਾਂ ਵੱਡੇ ਵੱਡੇ ਅਡੇਨੀਅਮ ਆ ਇੱਥੇ ਅਤੇ ਇਹ ਰੇਗਿਸਤਾਨ ਆ ਇਹਦਾ ਕਰਕੇ ਅਡੇਨੀਅਮ ਇੱਥੇ ਬਹੁਤ ਈਜ਼ਲੀ ਜਿਹੜਾ ਗਰੋ ਹੁੰਦਾ ਵਾ ਅਤੇ ਆਪਾਂ ਹੁਣ ਤੁਹਾਨੂੰ ਇਹ ਜਿਹੜਾ ਸਾਰਾ ਦਿਖਾਵਾਂਗੇ ਐਕਚੁਲੀ ਮੈਨੂੰ ਵਾਇਸ ਓਵਰ ਕਰ ਰਿਹਾ ਪੈ ਰਿਹਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਿਊਜ਼ਿਕ ਸੀਗਾ ਅਤੇ ਮਿਊਜ਼ਿਕ ਦੇ ਨਾਲ ਜਿਹੜਾ ਜਲਦੀ ਕਾਪੀਰਾਈਟ ਆ ਜਾਂਦਾ ਅਤੇ ਤੁਸੀਂ ਦੇਖੋ ਬਹੁਤ ਸੋਹਣੀ ਜਗ੍ਹਾ ਅੱਗੇ ਤੁਸੀਂ ਦੇਖੋਗੇ ਇਹਨਾਂ ਵਿਲੇਜ ਟਾਈਪ ਬਣਾਇਆ ਵਾ ਇਹਦਾ ਵਿਲੇਜ ਦਾ ਨਾਮ ਮੈਨੂੰ ਭੁੱਲ ਗਿਆ ਫਰੈਂਗੂ ਕੋਈ ਫਰੈਂਚ ਕੁਛ ਇਸ ਤਰ੍ਹਾਂ ਵਿਲੇਜ ਸੀਗਾ ਅਤੇ ਨੈਕਸਟ ਟਾਈਮ ਕਿਤੇ ਮੈਨੂੰ ਪਤਾ ਲੱਗਾ ਕਿ ਵਿਲੇਜ ਦਾ ਨਾਮ ਕੀ ਰੱਖਿਆ ਹੈ ਨਹੀਂ ਨਹੀਂ ਫਰੈਂਗੂ ਲਾਈਕ ਫਰੈਂਗੂ ਵਿਲੇਜ ਸੀ ਅਤੇ ਇਹ ਵਿਲੇਜ ਜਿਹੜੀ ਉਹਨਾਂ ਇੱਕ ਪਿੰਡ ਦਾ ਜਿਹੜਾ ਰਿਵਰ ਸਾਈਡ ਪਿੰਡ ਦਾ ਜਿਹੜਾ ਸਾਰਾ ਕੁਛ ਉਹਨਾਂ ਨੇ ਵਿੱਚ ਦਿਖਾਇਆ ਹੋਇਆ ਵਾ ਤੁਹਾਨੂੰ ਨੈਕਸਟ ਅੱਗੇ ਅੱਗੇ ਦੇਖੋਗੇ ਤੁਸੀਂ ਵੀ ਪੂਰਾ ਵਿਲੇਜ ਕਿਸ ਤੋਂ ਜਿਸ ਤਰ੍ਹਾਂ ਪੁਰਾਣਾ ਵਾ ਟੁੱਟਿਆ ਹੋਇਆ ਏ ਇਸ ਤਰ੍ਹਾਂ ਸਾਰਾ ਕੁਛ ਉਹਨਾਂ ਨੇ ਵਿੱਚ ਕੀਤਾ ਹੋਇਆ ਤੁਸੀਂ ਵੇਖ ਲਓ ਕਿ ਫਰੈਂਗੂ ਵਿਲੇਜ ਫਰੈਂਗ ਵਿਲੇਜ ਕੁਛ ਇਸ ਤਰ੍ਹਾਂ ਹੈ ਅਤੇ ਇਹ ਜਿਹੜਾ ਫੇਰੀ ਟਾਈਪ ਦੇ ਜਿਹੜੇ ਸਾਰੇ ਘਰ ਹੈਗੇ ਆ ਬਹੁਤ ਸੋਹਣੇ ਉਹਨਾਂ ਟ੍ਰੀ ਲਗਾਏ ਹੋਇਆ ਇਹ ਜਿਹੜਾ ਰਿਵਰ ਦੇ ਦੋਨਾਂ ਸਾਈਡਾਂ 'ਤੇ ਬਣਿਆ ਹੋਇਆ ਹੈ ਅਤੇ ਚਲੋ ਅੱਗੇ ਅੱਗੇ ਤੁਹਾਨੂੰ ਹੌਲੀ ਹੌਲੀ ਦਿਖਾਉਂਦੇ ਹਾਂ ਤੁਸੀਂ ਦੇਖੋ ਕਿੱਡਾ ਵੱਡਾ ਪੇੜ ਆ ਜਿਸ ਤਰ੍ਹਾਂ ਆਪਣੇ ਹੁੰਦਾ ਜੰਡ ਦਾ ਹੁੰਦਾ ਨਾ ਇਸ ਤਰ੍ਹਾਂ ਦਾ ਪੇੜ ਆ ਇਹ ਅਤੇ ਇਹ ਜਿਹੜਾ ਤੁਸੀਂ ਵੇਖੋ ਪਿੱਛੇ ਪੁਰਾਣੇ ਘਰ ਟਾਈਪ ਬਣਿਆ ਹੋਇਆ ਵਾ ਇਹ ਸਾਰਾ ਪੱਥਰ ਦਾ ਬਣਿਆ ਹੋਇਆ ਹੈ ਇੱਥੇ ਨੀਚੇ ਲੋਕਾਂ ਨੇ ਲੋਕ ਲਾਏ ਹੋਏ ਆ ਨੈੱਟ ਦੇ ਉੱਤੇ ਪਤਾ ਨਹੀਂ ਇਹ ਕਿਉਂ ਲਗਾਏ ਇਹ ਅਡੇਨੀਅਮ ਆ ਅਗੇਨ ਗਮਲੇ ਦੇ ਵਿੱਚ ਕਿੱਡਾ ਵੱਡਾ ਹੋਇਆ ਹੈ ਅਤੇ ਇਹ ਜਿਹੜਾ ਵਾ ਇੱਕ ਉਹਨਾਂ ਨੇ ਮਿਊਜ਼ੀਅਮ ਟਾਈਪ ਜਿਹੜਾ ਸ਼ੇਪ ਦਿੱਤੀ ਹੋਈ ਆ ਅਤੇ ਆਹ ਤੁਸੀਂ ਦੇਖੋ ਜਿਸ ਤਰ੍ਹਾਂ ਆਪਣੇ ਖੂਹ ਦੀਆਂ ਟਿੰਡਾਂ ਹੁੰਦੀਆਂ ਸੀ ਨਾ ਉਹਦੇ ਵਰਗਾ ਨਾ ਲੱਕੜੀ ਦਾ ਬਣਿਆ ਹੋਇਆ ਹੈ ਸਾਰਾ ਜਿਹੜਾ ਵਾ ਇਹ ਘੁੰਮਦਾ ਹੈ ਨਹੀਂ ਘੁੰਮਦਾ ਇਸ ਬਾਰੇ ਤਾਂ ਨਹੀਂ ਮੈਨੂੰ ਪਤਾ ਪਰ ਬਿਲਕੁਲ ਬਹੁਤ ਸੋਹਣੀ ਚੀਜ਼ ਜਿਹੜੀ ਲੱਗਦੀ ਪਈ ਸੀਗੀ ਨੀਚੇ ਲਾਈਟਿੰਗ ਕੀਤੀ ਹੋਈ ਆ ਵਿੱਚ ਪਾਣੀ ਦੇ ਅਤੇ ਇਹਨਾਂ ਨੇ ਜਿਹੜਾ ਵਾ ਸਾਰਾ ਕੁਛ ਵਧੀਆ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਿਸ ਤਰ੍ਹਾਂ ਵੀ ਇੱਕ ਘੁੰਮਣ ਫਿਰਨ ਵਾਸਤੇ ਅਤੇ ਇਹ ਕਿੱਡਾ ਵੱਡਾ ਬੋਗਨ ਵੀ ਆ ਵੇਖੋ ਤੁਸੀਂ ਦੇਖ ਸਕਦੇ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਪੁਰਾਣੇ ਘਰਾਂ ਨਾਲੋਂ ਪਲਸਤਰ ਨਿਕਲਿਆ ਹੁੰਦਾ ਉਸ ਤਰ੍ਹਾਂ ਦਾ ਇਹ ਨਿਕਲਿਆ ਹੋਇਆ ਪਲਸਤਰ ਆ ਇਹ ਵੀ ਬੋਗਨ ਵੀ ਲਿਆ ਹੈ ਇੱਥੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੇ ਉਹ ਫਲਾਵਰ ਲਾਏ ਹੋਏ ਆ ਜਿਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਜ਼ਰੂਰਤ ਹੈਗੀ ਆ ਅਤੇ ਇੱਥੇ ਇੱਕ ਰਿਜ਼ੋਰਟ ਵਗੈਰਾ ਵਿੱਚ ਬਣੇ ਹੋਏ ਆ ਇੱਧਰ ਥੋੜ੍ਹਾ ਬਹੁਤਾ ਜਿਸ ਤਰ੍ਹਾਂ ਸ਼ੋਪਿੰਗ ਕਰਨ ਵਾਸਤੇ ਇਹ ਫਿਰ ਅਗੇਨ ਟ੍ਰੇਨ ਸਟੇਸ਼ਨ ਆ ਗਿਆ ਅਤੇ ਇਹ ਜਿਹੜਾ ਵਾ ਆਲਮੋਸਟ ਜਿੰਨਾ ਵੀ ਘੁੰਮਿਆ ਬਹੁਤ ਵਧੀਆ ਛੋਟਾ ਨਿੱਕਾ ਨਿੱਕਾ ਮਿਊਜ਼ਿਕ ਲੱਗਦਾ ਇਹ ਆ ਜੀ ਫਰੈਂਚ ਫਰਾਈ
ਕਿੰਨਾ ਦੀ ਮੈਕਡੋਨਲ ਮੈਕਡੋਨਲ ਦੀ ਫ੍ਰੈਂਚ ਫਰਾਈ ਹੈਗੀ ਆ ਤੇ ਇੱਥੇ ਅਗੇਨ ਹੈਸ਼ਟੈਗ ਰਿਵਰਲੈਂਡ ਤੇ ਅਸੀਂ ਘੁੰਮ ਰਹੇ ਆ ਰਿਵਰਲੈਂਡ ਤੇ ਇਹ ਜਿਹੜਾ ਰਿਵਰਲੈਂਡ ਦੇ ਅਸੀਂ ਬਿਲਕੁਲ ਬਾਹਰ ਆ ਗਏ ਆ ਇੱਧਰ ਪਰਲੀ ਸਾਈਡ ਤੇ ਰੋਡ ਆ ਚੁੱਕੀ ਆ ਤੇ ਉਹਨਾਂ ਨੇ ਪਲਾਂਟਸ ਦੇ ਵਿੱਚ ਵੀ ਜਿਹੜਾ ਲਾਈਟਿੰਗ ਵਗੈਰਾ ਕੀਤੀਆਂ ਹੋਈਆਂ ਜਿਹੜਾ ਕਿ ਬਹੁਤ ਵਧੀਆ ਇੱਕ ਵਿਊ ਦਿੰਦਾ ਹੈ ਬਹੁਤ ਵਧੀਆ ਲੱਗਦਾ ਹੈ ਵੇਖਣ ਨੂੰ ਤੇ ਇਹ ਬਹਿਣ ਵਾਸਤੇ ਜਗ੍ਹਾ ਜਗ੍ਹਾ ਤੇ ਉਹਨਾਂ ਟੇਬਲ ਰੱਖੇ ਹੋਏ ਆ ਜਾਨੀ ਕਿ ਲਾਏ ਹੋਏ ਆ ਕਿ ਅਗਰ ਕਿਸੇ ਨੇ ਬੈਠਣਾ ਹੋਵੇ ਕੁਛ ਸ਼ੂਟ ਕੀਤਾ ਜਾਂਦਾ ਕੁਛ ਕਿਸੇ ਵਕਤ ਨਹੀਂ ਸ਼ੂਟ ਕੀਤਾ ਪਰ ਬਹੁਤ ਜ਼ਿਆਦਾ ਬੈਂਚਸ ਉਹਨਾਂ ਲਗਾਏ ਹੋਏ ਆ ਜਗ੍ਹਾ ਜਗ੍ਹਾ ਤੇ ਬਹਿਣ ਵਾਸਤੇ ਤੇ ਇਹ ਅਸੀਂ ਜਾ ਰਹੇ ਹਾਂ ਹੁਣ ਦੂਸਰੀ ਸਾਈਡ ਤੇ ਆ ਗਏ ਹਾਂ ਤੇ ਇਹਦਾ ਦਿਲਾਜ ਕੌਰ ਸਾਡਾ ਵੇਖੋ ਕੀ ਕਰਦਾ ਪਿਆ ਹੈ ਤੇ ਕੁਛ ਨਹੀਂ ਕਰਦਾ ਪਿਆ ਤੇ ਸਹੀ ਗੱਲ ਆ ਇਹ ਨਾ ਇਹਨੇ ਇੰਨਾ ਸੋਹਣਾ ਹੈਗਾ ਇਹਨਾਂ ਸਾਰਾ ਵਿਲੇਜ ਟਾਈਪ ਉਹਨਾਂ ਬਣਾਇਆ ਹੋਇਆ ਵਾ ਵਿਲੇਜ ਟਾਈਪ ਹੁੰਦਿਆਂ ਹੋਇਆ ਵੀ ਇੱਥੇ ਇੰਨੀ ਸਫਾਈ ਆ ਇੰਨਾ ਜ਼ਿਆਦਾ ਵਧੀਆ ਹਰੇਕ ਚੀਜ਼ ਨੂੰ ਮੇਨਟੇਨ ਕੀਤਾ ਹੈ ਹੋਇਆ ਇਹ ਇਹਨਾਂ ਫਿਸ਼ਿਜ਼ ਵਗੈਰਾ ਵੀ ਰੱਖੀਆਂ ਹੋਈਆਂ ਆ ਨੀਚੇ ਇਹਦੇ ਵਿੱਚ ਛੋਟੀਆਂ ਛੋਟੀਆਂ ਫਿਸ਼ਿਜ਼ ਆ ਆਈ ਥਿੰਕ ਇਹਨਾਂ ਨੂੰ ਉਹ ਦਿੰਦੇ ਹੋਣਗੇ ਕੋਈ ਆਣ ਕੇ ਫੀਡ ਵਗੈਰਾ ਕਰਦੇ ਹੋਣਗੇ ਅਸੀਂ ਜਿਉਂ ਹੀ ਉੱਥੇ ਆਣ ਕੇ ਖੜ੍ਹੇ ਅਤੇ ਸਾਰੀਆਂ ਫਿਸ਼ਿਜ਼ ਇੱਕਦਮ ਉੱਥੇ ਆਣ ਕੇ ਖੜ੍ਹ ਗਈਆਂ ਅਤੇ ਇਹ ਸਾਰਾ ਰਿਵਰਲੈਂਡ ਵਿਲੇਜ ਹੈਗਾ ਫੈਗੂਲੀ ਆਹ ਵੇਖੋ ਇੱਥੋਂ ਜਿਸ ਤਰ੍ਹਾਂ ਝੜਿਆ ਹੋਇਆ ਪੇਂਟ ਕਹਿ ਲਈਏ ਆਪਾਂ ਕਿਤੇ ਕਿਤੇ ਪੇ ਉਹ ਲੱਥਿਆ ਹੋਇਆ ਸੀ ਪਲਸਤਰ ਲੱਥਿਆ ਹੋਇਆ ਜਿਸ ਤਰ੍ਹਾਂ ਵੀ ਉਹਨਾਂ ਓਲਡ ਇੱਕ ਓਲਡ ਵਿਲੇਜ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਤਾ ਨਹੀਂ ਵੀ ਕਿਹੜੇ ਕਲਚਰ ਦਾ ਇੰਨਾ ਮੈਨੂੰ ਵੀ ਨਹੀਂ ਪਤਾ ਲੱਗਾ ਪੁੱਛਣ ਦਾ ਵੀ ਉੱਥੇ ਕੋਈ ਹੈ ਨਹੀਂ ਸੀਗਾ ਜਿਹਨੂੰ ਅਸੀਂ ਉੱਧਰ ਉੱਚਾ ਵਾ ਇੱਧਰੋਂ ਨੀਵਾਂ ਬਣਾਇਆ ਇਹਨਾਂ ਨੇ ਫੋਲ ਵਾਟਰਫਾਲ ਹੋ ਰਿਹਾ ਰਿਵਰ ਆ ਤੇ ਰਿਵਰ ਹੀ ਬਣਾਇਆ ਉਹਨਾਂ ਨੇ ਹਾਂ ਪੂਰਾ ਰਿਵਰ ਟਾਈਪ ਹੀ ਬਣਾਇਆ ਹੋਇਆ ਨਾ ਇਹ ਆ ਦੂਸਰੀ ਸਾਈਡ ਤੇ ਲੀਗੋਲੈਂਡ ਪਾਰਕ ਇਹ ਜਿਹੜੀ ਲੀਗੋਲੈਂਡ ਪਾਰਕ ਆ ਇਹਦੇ ਵਿੱਚ ਸਾਰੇ ਰਾਈਡਸ ਵਗੈਰਾ ਹੈਗੇ ਕੋਈ ਲਾਈਵ ਸ਼ੋਅ ਵਗੈਰਾ ਹੁੰਦੇ ਹੋਣਗੇ ਤੇ ਇਹ ਵੀ ਬੰਦ ਹੋ ਗਈ ਸੀਗੀ ਤੇ ਇਹ ਇੱਧਰ ਦਿਲਰਾਜ ਤੇ ਅਮਨਪ੍ਰੀਤ ਇੱਥੇ ਉਹਨਾਂ ਨੇ ਬਣਾਇਆ ਹੋਇਆ ਵਾ ਡਰੈਗਨ ਬਣਾ ਕੇ ਨੀਚੇ ਤੋਂ ਉੱਥੇ ਖੇਡਦੇ ਪਏ ਆ ਇਹ ਅਗੇਨ ਸਾਰੀ ਬਿਊਟੀ ਆਫ ਰਿਵਰਲੈਂਡ ਇਹ ਸਾਰੀ ਰਿਵਰਲੈਂਡ ਦੀ ਬਿਊਟੀ ਹੈਗੀ ਆ ਦੂਸਰੀ ਸਾਈਡ ਤੋਂ ਹੁਣ ਅਸੀਂ ਦੂਸਰੀ ਸਾਈਡ 'ਤੇ ਆ ਚੁੱਕੇ ਹਾਂ ਅਤੇ ਇੱਥੇ ਇੱਕ ਬੱਸ ਵੀ ਚੱਲਦੀ ਆ ਡਬਲ ਸਟੋਰੀ ਯਾਨੀ ਕਿ ਨੀਚੇ ਉੱਪਰ ਬੈਠ ਕੇ ਉਹ ਦਿੰਦੇ ਆ ਹੈ ਨਾ ਅਤੇ ਉਹ ਵੀ ਚੱਲਦੀ ਆ ਵੇਖੋ ਤੁਸੀਂ ਦੇਖ ਸਕਦੇ ਤਾਂ ਚੱਲਦੀ ਪਈ ਆ ਅਤੇ ਅਸੀਂ ਹੁਣ ਚੱਲੇ ਹਾਂ ਵਾਪਸ ਅਤੇ ਵਾਪਸ ਜਾਂਦੇ ਜਾਂਦੇ ਰਸਤੇ ਦੇ ਵਿੱਚ ਫਿਰ ਇੱਕ ਜਗ੍ਹਾ ਆ ਗਈ ਇਹ ਕੀ ਆ ਇਹ ਆ ਇੰਡੀਆ ਗੇਟ ਇੰਡੀਆ ਗੇਟ ਦੇ ਬਾਹਰ ਉਹਨਾਂ ਨੇ ਲਾਈ ਆ ਬੋਟ ਇੱਥੇ ਉਹਨਾਂ ਨੇ ਮੈਂ ਮੈਪ 'ਤੇ ਚੈੱਕ ਕਰਿਆ ਸੀ ਉੱਥੇ ਉਹਨਾਂ ਨੇ ਲਿਖਿਆ ਸੀ ਕਿ ਇਹ ਇੰਡੀਆ ਗੇਟ ਆ ਇਹ ਉਹਨਾਂ ਨੇ ਬਾਹਰ ਬੋਟ ਲਾਈ ਆ ਬੋਟ ਦੇ ਉੱਪਰ ਸਲਾਈਡਸ ਵਗੈਰਾ ਬਣੇ ਹੋਏ ਆ ਅਤੇ ਦਿਲਰਾਜ ਵੀ ਜਾ ਕੇ ਥੋੜ੍ਹਾ ਇੰਜੋਏ ਕਰ ਆਈ ਉੱਥੇ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਸੀ ਅਤੇ ਦਿਲਰਾਜ ਨਾਲ ਉਹ ਸਾਰੇ ਛੋਟੇ ਸੀਗੇ ਬਟ ਦਿਲਰਾਜ ਛੋਟੀ ਜਿਹੀ ਲੱਗਦੀ ਇਸ ਕਰਕੇ ਦਿਲਰਾਜ ਵੀ ਜਾ ਕੇ ਇੰਜੋਏ ਕਰ ਆਈ ਆਪਣਾ ਅਤੇ ਇਹ ਜਿਹੜਾ ਆਲਮੋਸਟ ਇੰਨਾ ਵਧੀਆ ਲੱਗਿਆ ਅਗਰ ਤੁਸੀਂ ਦੁਬਈ ਆਉਂਦੇ ਹੋ ਤਾਂ ਜ਼ਰੂਰ ਜਾਣਾ ਬਟ ਇੱਕ ਗੱਲ ਹੋਰ ਮੈਂ ਕਹਿਣੀ ਚਾਹਾਂਗੀ ਅਗਰ ਤੁਸੀਂ ਦੁਬਈ ਆਉਂਦੇ ਹੋ ਤਾਂ ਕੋਈ ਵੀ ਚੀਜ਼ ਦਿਨੇ ਵੇਖਣ ਦੀ ਕੋਸ਼ਿਸ਼ ਨਾ ਕਰਨਾ ਕੋਸ਼ਿਸ਼ ਕਰਨਾ ਕਿ ਨਾਈਟ ਵੀ ਜੋ ਦੁਬਈ ਦੇ ਜਿਹੜਾ ਵੀ ਕੋਈ ਵੀ ਡੈਸਟੀਨੇਸ਼ਨ ਕੁਛ ਵੀ ਘੁੰਮਣ ਵਾਸਤੇ ਆਪਾਂ ਕਿਸੇ ਵੀ ਜਗ੍ਹਾ ਜਾਂਦੇ ਹਾਂ ਜੋ ਉਹਦੀ ਨਾਈਟ ਬਿਊਟੀ ਆ ਉਹ ਨਾਈਟ ਬਿਊਟੀ ਹੀ ਹੈਗੀ ਆ ਇਧਰਲੀ ਸਾਈਡ 'ਤੇ ਫਿਰ ਅਗੇਨ ਰੈਸਟੋਰੈਂਟ ਵਗੈਰਾ ਬਣੇ ਹੋਏ ਆ ਅਤੇ ਸਾਹਮਣੇ ਫਿਰ ਉਹੀ ਲੀਗੋਲੈਂਡ ਪਾਰਕ ਲੀਗੋਲੈਂਡ ਹੈ ਨਾ ਇਹ ਅਗੇਨ ਲੀਗੋਲੈਂਡ ਦਾ ਇੱਕ ਹੋਰ ਦਰਵਾਜ਼ਾ ਹੈ ਯਾਨੀ ਕਿ ਦੋ ਡੋਰ ਆ ਨਹੀਂ ਇਹ ਬੋਲੀਵੁੱਡ ਓਕੇ ਇਹ ਬੋਲੀਵੁੱਡ ਪਾਰਕ ਆ ਸੋਰੀ ਮੈਂ ਲੀਗੋਲੈਂਡ ਕਹਿ ਗਈ ਇਹ ਬੋਲੀਵੁੱਡ ਪਾਰਕ ਆ ਉੱਧਰ ਲੀਗੋਲੈਂਡ ਸੀ ਉੱਧਰ ਹੈਗਾ ਸੀਗਾ ਉੱਧਰ ਵਾਲੇ ਦਾ ਕੀ ਨਾਮ ਸੀ ਮੋਨੀ ਲੈਂਡ ਕੁਛ ਇਸ ਤਰ੍ਹਾਂ ਮੋਸ਼ਨ ਲੈਂਡ ਕੁਛ ਇਸ ਤਰ੍ਹਾਂ ਸੀਗਾ ਅਤੇ ਇਹ ਇੱਕ ਹੈਂਡਮੇਡ ਇਜਿਪਟ ਤੋਂ ਸਾਰਾ ਸਮਾਨ ਹੈ ਜਿਹੜਾ ਉਹ ਬੋਲਦੇ ਪਏ ਸੀ ਸੇਲਸਮੈਨ ਇਜਿਪਟ ਤੋਂ ਆਇਆ ਇਹ ਸਾਰਾ ਹੈਂਡਮੇਡ ਬਣਿਆ ਹੋਇਆ ਹੈ ਆ ਸਟੂਲ ਤਾਂ ਬਹੁਤ ਪਿਆਰਾ ਸੀ ਮੇਰਾ ਮਨ ਕਰਦਾ ਸੀ ਬਟ ਇਹ ਇੰਡੀਆ ਲੈ ਕੇ ਨਹੀਂ ਆ ਸਕਦੀ ਵੈਸੇ ਜਿੰਨੀਆਂ ਵੀ ਹੈਂਡਮੇਡ ਚੀਜ਼ਾਂ ਹੁੰਦੀਆਂ ਮੈਨੂੰ ਸ਼ੁਰੂ ਤੋਂ ਬਹੁਤ ਪਸੰਦ ਹੈ ਆਪਾਂ ਨੇ ਸਾਰਾ ਜਿਹੜਾ ਪਾਰਕ ਆ ਉਹ ਘੁੰਮ ਲਿਆ ਹੈ ਅਤੇ ਹੁਣ ਆਪਾਂ ਚੱਲੇ ਹਾਂ ਵਾਪਸ ਘਰ ਨੂੰ ਅਤੇ ਚਲੋ ਆਪਾਂ ਅੱਜ ਦਾ ਵਲੋਗ ਇੱਥੇ ਹੀ ਐਂਡ ਕਰ ਦਾਂਗੇ ਮਿਲਾਂਗੇ ਨਵੇਂ ਵਲੋਗ ਨਾਲ ਤੱਕ ਲਈ ਬਾਏ ਬਾਏ ਟੇਕ ਕੇਅਰ ਆਲ ਮਾਈ ਫਰੈਂਡਸ।